ਬਾਬਾ ਸਾਹਿਬ ਤੁਸੀਂ ਜਿਹੜਾ ਪਿੱਲਰ ਖੜਾ ਕੀਤਾ ਸੀ ਨਾ ਫਿਰ ਜਾ ਪਿਆ। ਸਾਰਾ ਕੰਮ ਵੀ ਖਤਮ ਹੋ ਗਿਆ ਜਿਹੜਾ ਕਰ ਰਹੀ ਸੀ। ਬਿਸਮਿਲ੍ਲਾਹਿ ਰਹਿਮਾਨ ਰਹੀਮ। ਨਾਜ਼ਰੀਨ, ਤੁਹਾਡੀ ਖਿਦਮਤ 'ਚ ਹਾਜ਼ਰ ਹੈ ਤੁਹਾਡਾ ਹੋਸਟ ਬਾਬਰ ਬੇਗ ABHDTV ਦੀ ਤਰਫੋਂ। ਔਰ ਨਾਜ਼ਰੀਨ, ਮੈਂ ਅੱਜ ਮੌਜੂਦ ਹਾਂ ਜੀ ਲਾਹੌਰ, ਲੇਕਿਨ ਮੈਂ ਚੂੰਕਿ ਗੁਜਰਾਤ ਸਾਹਿਬ, ਮੈਨੂੰ ਐਮਰਜੈਂਸੀ 'ਚ ਲਾਹੌਰ ਆਉਣਾ ਪਿਆ। ਔਰ ਮੈਂ ਤਕਰੀਬਨ 1 ਵਜੇ ਮੇਰੀ ਗੱਲ ਹੋਈ ਹੈ ਔਰ ਮੈਂ 4 ਵਜੇ ਲਾਹੌਰ ਪਹੁੰਚ ਗਿਆ ਸਾਂ ਸਾਦੀਆ ਸ਼ੇਖ ਲਈ। ਚੂੰਕਿ ਸਾਦੀਆ ਜਿਸ ਤਰ੍ਹਾਂ ਕਿ ਪਾਕਿਸਤਾਨ ਦਾ ਇੱਕ ਰੋਲ ਮਾਡਲ ਹੈ, ਜਿਹਨੇ ਆਪਣੀ ਜ਼ਿੰਦਗੀ ਔਰ ਖਵਾਤੀਨ ਨੂੰ ਇੱਕ ਨਵਾਂ ਹੌਂਸਲਾ ਔਰ ਇੱਕ ਨਵਾਂ ਜਜ਼ਬਾ ਦਿੱਤਾ ਕਿ ਉਹ ਆਪਣੇ ਪੈਰਾਂ 'ਤੇ ਖੜੀਆਂ ਹੋ ਕੇ ਬਸ ਅਤੇ ਖੁਦ ਆਪਣਾ ਰੋਜ਼ਗਾਰ ਕਮਾ ਸਕਣ। ਔਰ ਇੱਕ ਆਰਟਿਸਟ ਦੀ ਇੱਕ ਸ਼ੋਬਿਸ ਦੀ ਜ਼ਿੰਦਗੀ ਛੱਡ ਕੇ ਉਹਨੇ ਇੱਕ ਬਾਰਬੀਕਿਊ ਦਾ ਸਟਾਲ ਜਿਹੜਾ ਉਹ ਲਗਾ ਲਿਆ ਔਰ ਆਪਣੇ ਰੋਜ਼ੀ ਜਿਹੜੀ ਹੈ। ਔਰ ਫਿਰ ਉਸ ਤੋਂ ਬਾਅਦ ਅਲਹਮਦੁਲਿਲਾ ਜਿਸ ਤਰ੍ਹਾਂ ਕਿ ਸਾਡੇ ਪਲੇਟਫਾਰਮ ਤੋਂ ਸਾਦੀਆ ਲਈ ਬਹੁਤ ਕੁਝ ਕੀਤਾ ਗਿਆ ਔਰ ਉਹ ਆਪਣਾ ਰੋਜ਼ਗਾਰ ਬਿਹਤਰੀਨ ਤਰੀਕੇ ਨਾਲ ਕਮਾ ਰਹੀ ਸੀ। ਲੇਕਿਨ ਸਾਦੀਆ ਜਿਸ ਦੁਕਾਨ ਦੇ ਵਿੱਚ ਕਿਰਾਏਦਾਰ ਸੀ ਉਹ ਦੁਕਾਨਦਾਰਾ ਖਸਤਾ ਹਾਲਤ ਸੀ। ਸੋ ਕਈ ਦਫਾ ਮਾਲਕਾਨ ਨੂੰ ਜਿਹੜਾ ਇਹਦਾ ਨੋਟਿਸ ਦਿੱਤਾ ਗਿਆ, ਉਹਨਾਂ ਦੇ ਨੋਟਿਸ 'ਚ ਗੱਲ ਲਿਆਂਦੀ ਗਈ ਕਿ ਇਹਦੀ ਛੱਤ ਜਿਹੜੀ ਹੈ ਉਹ ਬਸੀਦਾ ਔਰ ਜਦੋਂ ਬਾਰਿਸ਼ ਪੈਂਦੀ ਹੈ ਇਹਦੇ 'ਚੋਂ ਪਾਣੀ ਟਪਕਦਾ ਅਤੇ ਸੋ ਇਹਨੂੰ ਜਿਹੜਾ ਚੇਂਜ ਕੀਤਾ ਜਾਏ। ਲੇਕਿਨ ਜਿਸ ਤਰ੍ਹਾਂ ਕਿ ਸਾਡੇ ਇੱਥੇ ਜੋ ਤਰੀਕਾਕਾਰ ਹੈ ਪਾਕਿਸਤਾਨ ਦਾ, ਸੋ ਐਸਾ ਹੀ ਉਹ ਤਰੀਕਾ ਕਿ ਗਫਲਤ ਕੋਲੋਂ ਕੰਮ ਜਿਹੜਾ ਉਹ ਲਿਆ ਗਿਆ ਔਰ ਵਾਅਦਿਆਂ ਜਾਂ ਤਸੱਲੀਆਂ 'ਤੇ ਹੀ ਟਾਲਿਆ ਗਿਆ। ਲੇਕਿਨ ਹਕੀਕਤ ਕੀ ਹੈ ਇਹ ਗੱਲ ਅਸੀਂ ਕਰਾਂਗੇ ਸਾਦੀਆ ਸ਼ੇਖ ਨਾਲ। ਲੇਕਿਨ ਉਸ ਛੱਤ ਗਿਰਨ ਦਾ ਨੁਕਸਾਨ ਇਹ ਹੋਇਆ ਕਿ ਇੱਕ ਤਾਂ ਜਿਹੜੀ ਇਨਸਾਨੀ ਜਾਨ ਹੈ ਉਹ ਜ਼ਾਇਆ ਹੋ ਗਈ ਔਰ ਉਸ ਤੋਂ ਬਾਅਦ ਦੂਸਰਾ ਜਿਹੜਾ ਨੁਕਸਾਨ ਸਭ ਤੋਂ ਵੱਡਾ ਉਹ ਵੀ ਇਹ ਨੁਕਸਾਨ ਹੈ। ਜਾਨੀ ਨੁਕਸਾਨ ਜਿਹੜਾ ਉਹਦਾ ਤਾਂ ਨੇਮੁਲ ਬਦਲੀ ਕੋਈ ਨਹੀਂ, ਲੇਕਿਨ ਸਾਦੀਆ ਦਾ ਰੋਜ਼ਗਾਰ ਜਿਹੜਾ ਉਹਦਾ ਵੀ ਪ੍ਰੋਬਲਮ ਬਣ ਗਿਆ ਕਿ ਉਹ ਖਤਮ ਹੋ ਗਿਆ। ਕਿਉਂਕਿ ਉਹ ਦੁਕਾਨ ਦੁਬਾਰਾ ਤਾਮੀਰ ਹੋਏਗੀ, ਉਹਦੇ ਵਿੱਚ ਫਿਰ ਬਹੁਤ ਸਾਰੀਆਂ ਜਦੋਂ ਛੱਤ ਡਿੱਗ ਪਈ ਹੈ ਅਤੇ ਉਹ ਕਈ ਉਹਦੇ ਹਿੱਸੇਦਾਰ ਨੇ, ਕਈ ਮਾਮਲਾਤ ਨੇ, ਉਹ ਕੀ ਨੇ ਅਸੀਂ ਸਾਦੀਆ ਨਾਲ ਗੱਲ ਕਰਨੇ ਹਾਂ। ਬਹਰਹਾਲ ਇੱਕ ਦਫਾ ਫਿਰ ਸਾਦੀਆ ਬੇਰੋਜ਼ਗਾਰ ਹੋ ਗਈ ਹੈ ਅਤੇ ਗੱਲ ਕਰਨੇ ਅਸੀਂ ਸਾਦੀਆ ਸ਼ੇਖ ਨਾਲ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਬਾਬਾ ਸਾਹਿਬ ਤੁਸੀਂ ਜਿਹੜਾ ਪਿੱਲਰ ਖੜਾ ਕੀਤਾ ਸੀ ਨਾ ਫਿਰ ਜਾ ਪਿਆ। ਸਾਰਾ ਕੰਮ ਵੀ ਖਤਮ ਹੋ ਗਿਆ ਜਿਹੜਾ ਕਰ ਰਹੀ ਸੀ। ਅੱਛਾ, ਮਾਯੂਸ ਨਹੀਂ ਹੋਣਾ, ਜ਼ਿੰਦਗੀ ਇਨਸਾਨ ਦੀ ਹੋਣੀ ਚਾਹੀਦੀ ਹੈ। ਜ਼ਿੰਦਗੀ ਹੋਏ ਅਤੇ ਇਨਸਾਨ ਨੂੰ ਹਜ਼ਾਰ ਮੌਕੇ ਮਿਲਦੇ ਨੇ ਔਰ ਹਜ਼ਾਰ ਤਰ੍ਹਾਂ ਜਿਹੜਾ ਇਨਸਾਨ ਸਰਵਾਈਵ ਕਰ ਸਕਦਾ ਇਨਸ਼ਾਅੱਲਾ। ਕਿਸੇ ਦਾ ਪੈਸਾ ਤੇ ਆਣੀ ਜਾਣੀ ਚੀਜ਼ ਹੈ, ਕੰਮ ਵੀ ਹੋ ਜਾਏਗਾ, ਸਿਲਸਿਲਾ ਵੀ ਟੁੱਟ ਜਾਏਗਾ। ਜਿਹੜਾ ਦੁਨੀਆਂ ਤੋਂ ਚਲਾ ਗਿਆ ਉਹਨੂੰ ਕੌਣ ਲਿਆਏ? ਮੈਨੂੰ ਬਚਪਨ ਤੋਂ ਜਾਣਦਾ ਸੀ, ਸਾਡੇ ਬਚਪਨ ਤੋਂ ਅਲਮਰਾ 'ਚ ਕੰਟੀਨ 'ਚ ਕੰਮ ਕਰਦਾ ਸੀ। ਕੰਟੀਨ ਉਹਨੇ ਛੱਡਤੀ ਅਤੇ ਉਹਨੂੰ ਮੈਂ ਫਿਰ ਕਹਿ ਰੱਖੇ ਤੂੰ ਐਸੇ ਰਿਕਸ਼ਾ ਚਲਾਉਂਦਾ ਸੀ, ਮੈਂ ਉਹਨੂੰ ਕਹਿ ਰੱਖੇ ਤੂੰ ਮੈਨੂੰ ਲੈ ਜਾਇਆ ਕਰ, ਛੱਡ ਆਇਆ ਕਰ। ਅੱਲਾ ਜਿੰਨਾ ਨਸੀਬ ਕਰੇ, ਅੰਮੀ ਵੀ ਹੈਗੇ ਸਨ ਉਦੋਂ, ਅਤੇ ਉਦੋਂ ਦਾ ਹੀ ਉਹਨੇ ਘਰ ਛੱਡ ਦਿੱਤਾ ਸੀ ਉਹਨੇ, ਅਤੇ ਉਹ 3-4 ਸਾਲ ਤੋਂ ਲੋਕਡਾਊਨ ਤੋਂ ਉਹ ਮੇਰੇ ਕੋਲ ਆ ਗਿਆ ਸੀ। ਪਹਿਲੇ ਤਾਂ ਮੈਨੂੰ ਲਿਜਾਂਦਾ ਲਿਆਂਦਾ ਸੀ ਨਾ, ਅਤੇ ਉਸ ਤੋਂ ਬਾਅਦ ਮੇਰੇ ਕੋਲ ਆ ਗਿਆ। ਮੈਂ ਕਿਹਾ ਰੱਖਿਆ ਸੀ ਕੰਮ ਕਰਨੇ ਆ, ਤਿੱਕੇ ਤੁੱਕੇ ਲਾਉਂਦੇ ਹਾਂ, ਅਤੇ ਫਿਰ ਤੁਹਾਡੇ ਨਾਲ ਵੀ ਰਾਬਤਾ ਆ, ਤੁਸੀਂ ਸਾਰਿਆਂ ਨੇ ਮਿਲ ਕੇ ਸੇਲ ਸਾਹਿਬ, ਸਖੀ ਸਾਹਿਬ, ਆਪਣਾ ਔਰ ਆਪਣੇ ਬਾਹਰ ਦੇ ਜਿਹੜੇ ਨੇ ਵੀਰ ਭਰਾ ਜਿਹੜੇ ਦੇਸੋ ਪ੍ਰਦੇਸ ਬੈਠੇ ਨੇ, ਉਹਨਾਂ ਨੇ ਸਾਰਿਆਂ ਨੇ ਮਿਲ ਕੇ ਮੈਨੂੰ ਸਟੈਂਡ ਕੀਤਾ। ਲੇਕਿਨ ਅੱਜ ਫਿਰ ਮੈਂ ਟੁੱਟ ਗਈ। ਅੱਛਾ, ਕੋਈ ਨਹੀਂ, ਇਨਸ਼ਾਅੱਲਾ ਫਤਲੇ ਖੁਦਾ। ਕਿਸੇ ਦਾ ਦੇਖੋ ਜੀ, ਜਿਸ ਮੇਰਾ ਇੱਕ ਸਮਝੋ ਕਮਰ ਟੁੱਟ ਗਈ ਉਸ ਨਾਲ, ਉਹਦਾ ਨਾਲ ਲੈ ਰੱਖਿਆ ਸੀ ਉਸ ਬਾਬੇ ਦਾ, ਅਤੇ ਉਹ ਦੁਪਹਿਰੇ ਚੰਗਾ ਭਲਾ ਫਿਰਦਾ ਪਿਆ ਬਾਹਰ। ਸਾਰੇ ਮੁਹੱਲੇ ਵਾਲੇ ਦੁਕਾਨਦਾਰ ਕਹਿ ਰਹੇ ਨੇ ਕਿ ਅਸੀਂ ਇੰਨਾ ਮਜ਼ਾਕ ਕਰ ਰਹੇ ਹਾਂ ਕਿ ਯਾਰ
ਤੂੰ ਕਿੱਧਰ ਆ, ਇੱਕ ਬੜਾ ਸੋਹਣਾ ਹੋ ਗਿਆ, ਚਿੱਟੇ ਵਾਲ ਸੀ, ਤੁਸੀਂ ਵੀ ਦੇਖਿਆ ਸੀ। ਲੇਕਿਨ ਉਸ ਦਿਨ ਉਹਨੇ ਉਸ ਤੋਂ ਇੱਕ ਦਿਨ ਪਹਿਲੇ ਵਾਲਾਂ ਨੂੰ ਰੰਗ ਵੀ ਕਰਾ ਲਿਆ, ਸ਼ੇਵ ਸ਼ੂ ਵੀ ਕਰਾ ਲਈ, ਅਤੇ ਬੜਾ ਨਿਖੜ ਗਿਆ ਨਾ। ਉਹ ਆਪਣੀਆਂ ਤਿਆਰੀਆਂ ਉਹਨੇ ਪਹਿਲੇ ਆਪ ਹੀ ਕਰ ਲਈਆਂ ਨਾ। ਅਤੇ ਦੁਕਾਨ ਡਿੱਗੀ, ਹੁਣ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਜੀ ਇਸ ਤਰ੍ਹਾਂ ਇਸ ਤਰ੍ਹਾਂ। ਮੈਂ ਫੋਨ ਮੇਰੇ ਨੌਨ ਨੰਬਰ ਚੁੱਕਿਆ ਨਹੀਂ। ਅੱਛਾ, ਕਿੰਨੇ ਵਜੇ ਦਾ ਟਾਈਮ ਸੀ? ਇਹ ਯਾਰ ਕੋਈ 3 ਵਜੇ ਦਾ, ਦੁਪਹਿਰ ਦੇ 3 ਵਜੇ ਦਾ ਵਾਕਿਆ, ਦੁਪਹਿਰ ਦੇ। ਲੇਕਿਨ ਦੁਕਾਨ ਤੇ ਤੂੰ ਸ਼ਾਮ ਨੂੰ ਖੋਲਨੀ 6 ਵਜੇ 7 ਵਜੇ, ਲੇਕਿਨ ਉਹ ਕਿਸ ਤਰ੍ਹਾਂ 3 ਵਜੇ ਕਿਸ ਤਰ੍ਹਾਂ? ਉਹ ਰਕਸ਼ਾ ਚਲਾ ਰਿਹਾ ਸੀ ਨਾ, ਤੇ ਉਧਰ ਚਲਾ ਗਿਆ। ਅੱਛਾ, ਹਾਂਜੀ, ਰਕਸ਼ਾ ਚਲਾਉਂਦਾ ਉਧਰ ਗਿਆ। ਉਹਨੇ ਕਿਹਾ ਚਲੋ 12-1 ਵਜੇ ਅੰਦਰ ਗਿਆ, ਛੱਤ 3 ਵਜੇ ਡਿੱਗੀ ਹੈ। ਉਹ ਅੰਦਰ ਗਿਆ, ਅੰਦਰ ਬੈਂਚ ਪਿਆ ਸੀ ਉਹਦੇ 'ਤੇ। ਉਹ ਕਹਿੰਦਾ ਚਲੋ ਉਹਨੂੰ ਨੀਂਦ ਆ ਗਈ ਹੋਣੀ, ਸੁੱਤੇ ਪਿਆ ਬੰਦੇ ਨੂੰ ਬੈਡ ਆ ਹੀ ਜਾਂਦੀ, ਬੈਡ ਲੰਮਾ ਬੈਡ ਆ ਜਦੋਂ ਬੰਦਾ ਥੱਕਿਆ ਟੁੱਟਿਆ ਹੋਵੇ। ਉਹ ਲੰਮੇ ਪੈ ਗਿਆ, ਪਤਾ ਨਹੀਂ ਆ ਕੀ। ਮੈਨੂੰ ਇਸ ਗੱਲ ਦਾ ਇਲਮ ਨਹੀਂ ਸੀ, ਮੈਂ ਤਾਂ ਘਰ ਸਾਂ। ਅਤੇ ਮੈਨੂੰ ਕਾਲ ਆਉਂਦੀਆਂ ਰਹੀਆਂ ਨੇ, ਅਨਨੋਨ ਨੰਬਰ, ਮੈਂ ਬਹੁਤ ਘੱਟ ਚੁੱਕਣੀ ਹਾਂ, ਅਤੇ ਕਾਲਾਂ ਆਉਂਦੀਆਂ ਰਹੀਆਂ, ਅਤੇ ਮੈਂ ਨਹੀਂ ਚੁੱਕਿਆ। ਫਿਰ ਉਹ ਦੁਕਾਨ 'ਚੋਂ ਨਾ ਉੱਧਰ ਪਰਲੇ ਪਾਸੇ ਇੱਕ ਮੱਲੇਦਾਰ ਆਇਆ ਦੁਕਾਨ 'ਚੋਂ, ਕਿ ਉਹ ਤੁਹਾਡੀ ਛੱਤ ਡਿੱਗ ਪਈ ਹੈ। ਮੇਰੇ ਉਸੇ ਨਾਲ ਪੈਰਾਂ 'ਚੋਂ ਜ਼ਮੀਨ ਨਿਕਲ ਗਈ। ਉਹ ਤਾਂ ਜਿਹੜੀ ਡਿੱਗੀ ਡਿੱਗੀ ਜਿਹੜੀ ਉਸ ਜਿਹੜਾ ਕਮਰ ਟੁੱਟ ਗਈ, ਉਹਨੇ ਰੱਖਿਆ ਜੀ ਰੱਖਾ ਸੱਤਾ ਲੈ ਗਏ ਨੇ, ਰੱਖਾ ਡਿੱਗ ਉੱਥੇ ਹੀ ਗਾ ਸੀ ਅੰਦਰ, ਅਤੇ ਬੀਨ ਜਿਹੜਾ ਉਹਦੇ ਉੱਤੇ ਅੱਡ ਗਿਆ, ਅਤੇ ਉਹ ਹਸਪਤਾਲ ਵੀ ਵਿਚਾਰਾ ਨਹੀਂ ਪਹੁੰਚ ਸਕਿਆ। ਫਿਰ ਅਸੀਂ ਉਹਨਾਂ ਦੇ ਲਵਾਏ ਕਿ ਇਹਨਾਂ ਨੂੰ ਲੱਭਿਆ। ਮੈਨੂੰ ਕੁਛ ਪਤਾ ਸੀ ਕਿ ਇੱਥੇ ਫਲਾਨੀ ਜਗ੍ਹਾ 'ਤੇ ਇਹਦੇ ਰਹਿੰਦੇ ਨੇ। ਬੀਵੀ ਨੇ ਉਹਨੂੰ ਛੱਡ ਦਿੱਤਾ ਸੀ, 1-sided ਤਲਾਕ ਸੀ, ਅਤੇ ਉਹ ਮੇਰੇ ਕੋਲ ਹੀ ਆਪਣਾ ਰੋਟੀ ਪਾਣੀ ਜੋ ਅਸੀਂ ਖਾਈਦਾ ਸੀ ਮਾਰਾ ਚੰਗਾ, ਉਹ ਵੀ ਨੂੰ ਵੀ ਖਵਾ ਦੇਈਦਾ ਸੀ ਨਾਲ ਹੀ। ਅਤੇ ਅਸੀਂ ਉਹਨੇ ਲਵਾਇਆ ਕਿ ਇਹਨਾਂ ਕੋਲ ਗਏ ਹਾਂ, ਲੱਭਿਆ ਉਹਨਾਂ ਨੂੰ, ਲੱਭ ਗਿਆ ਉਹਦਾ ਬੇਟਾ ਆਇਆ। ਉਹਦੇ ਬੇਟੇ ਨੇ ਆਪਣਾ ਦੇਖਿਆ ਬਾਪ ਨੂੰ, ਹੋਸਪਿਟਲ ਲੈ ਕੇ ਗਏ। ਉੱਥੋਂ ਹੋਸਪਿਟਲੋਂ ਫਿਰ ਥਾਣੇ ਵਾਲੇ ਆਏ, ਉਹਨਾਂ ਨੇ ਬਕੂਆ ਦੇਖਿਆ ਸਾਰਾ, ਬੇਟੇ ਨੂੰ ਉਹਨਾਂ ਦੇ ਨੂੰ ਨਾਲ ਲੈ ਕੇ। ਉਹਦੇ ਬੇਟੇ ਨੇ ਕਿਹਾ ਛੱਤ ਡਿੱਗੀ ਹੈ, ਕੁਦਰਤੀ, ਤੁਹਾਡਾ ਤਾਂ ਇਹਦੇ 'ਚ ਕੋਈ ਕਸੂਰ ਨਹੀਂ, ਛੱਤ ਉੱਤੋਂ ਡਿੱਗੀ, ਤੁਸੀਂ ਆਪ ਤਾਂ ਨਹੀਂ ਡਿੱਗੀ। ਫਿਰ ਉਹਨੇ ਸੈਨ ਸੂਨ ਕਰਕੇ ਨਾ ਬੋਡੀ ਉਹਨੇ ਆਪਣੇ ਹਵਾਲੇ ਕਰ ਲਈ। ਫਿਰ ਅਸੀਂ ਉਹਦੇ ਨਾਲ ਗਏ ਐਂਬੂਲੈਂਸ 'ਚ ਸਾਰੇ। ਫਿਰ ਉਹਨੂੰ ਫਿਰ ਟਾਈਮ ਪੁੱਛਿਆ ਦਫਨਾਉਣ ਦਫਨਾਉਣ ਦਾ, ਫਿਰ ਮੈਂ ਉੱਥੇ ਰਹੀ। ਅਤੇ ਬਸ ਅਸੀਂ ਪਰੌਂਠੇ ਲਾਉਣ ਦਾ ਪ੍ਰੋਗਰਾਮ ਬਣਾਇਆ ਸੀ ਰੱਖੇ ਨੂੰ। ਮੈਂ ਕਿਹਾ ਰੱਖੇ ਪਿਛਲੇ ਸਾਲ ਵੀ ਪਰੌਂਠੇ ਲਾਏ ਸੀ ਨਾ, ਐਤਕੀ ਵੀ ਪਰੌਂਠੇ ਲਾਵਾਂਗੇ, ਕਿਉਂਕਿ ਕੰਮ ਤਾਂ ਹੋਣਾ ਨਹੀਂ। ਚਲੋ ਪਰੌਂਠੇ ਰੋਸਿਆਂ 'ਚ ਚੱਲ ਜਾਣਗੇ, ਅਤੇ ਤੂੰ ਤਵਾ ਤੂਵਾ ਕੱਢ ਕੇ ਨਾ ਧੋ ਕੇ ਰੱਖ। ਉਹਨੇ ਤਵਾ ਤੂਵਾ ਕੱਢਿਆ, ਮਾਂਜਿਆ, ਸਾਫ਼ ਕੀਤਾ। ਇਸ ਤਰ੍ਹਾਂ ਉਸ ਬੰਦੇ ਨੇ ਮੇਰਾ ਸਾਥ ਦਿੱਤਾ ਨਾ, ਕਿ ਕੋਈ ਮੇਰਾ ਆਪਣਾ ਵੀ ਕੋਈ ਭੈਣ ਭਰਾ ਜਾਂ ਕੋਈ ਵੀ ਹੁੰਦਾ, ਉਹਨੇ ਨਹੀਂ ਸੀ ਦੇਣਾ, ਉਹਨੇ ਤੋੜ ਜਾਣਾ ਸੀ। ਆਉਣਾ ਮੈਂ ਦੁਕਾਨ ਲਾਈ ਹੋਣੀ ਉਹਨੇ ਮੇਰੇ ਆਉਂਦਿਆਂ ਤੱਕ। ਨਹੀਂ, ਬੜੀ ਜ਼ਿੰਮੇਵਾਰੀ ਲਈ ਸੀ ਰੱਖੇ ਨੇ, ਮਤਲਬ। ਹਾਂਜੀ, ਔਰ ਬਹੁਤ ਪਿਆਰਾ, ਘਰੋਂ ਵਿਚਾਰਾ ਦੁਖੀ ਹੈਗਾ ਸੀ, ਪਿਆਰੇ ਆਦਮੀ ਸਨ ਰੱਖਾ ਸਾਹਿਬ, ਅੱਲਾਹ ਤਾਲਾ ਨੂੰ ਜਨਤ ਜਗ੍ਹਾ ਦੇ। ਹਾਂਜੀ। ਅੱਛਾ, ਹੁਣ ਤੁਸੀਂ ਰੱਖਾ ਸਾਹਿਬ ਨੂੰ ਅੱਲਾਹ ਤਾਲਾ ਜਨਤ 'ਚ ਕਰ ਦੇ ਔਰ ਤੁਹਾਨੂੰ ਸਬਰ ਦੇ, ਰੱਖਾ ਸਾਹਿਬ ਦੁਨੀਆਂ ਤੋਂ ਚਲੇ ਗਏ, ਕੰਮ ਖਤਮ ਹੋ ਗਿਆ ਜੀ, ਹੁਣ ਜਿਹੜਾ ਤੁਹਾਡਾ ਸਮਾਨ ਹੈ ਕਿਉਂਕਿ ਛੱਤ ਡਿੱਗੀ, ਤੁਸੀਂ ਚੁੱਕ ਲਿਆ? ਨਹੀਂ ਜੀ, ਉਹ ਮੈਂ 3-4 ਦਿਨ, ਜਿਸ ਦਿਨ ਦਾ ਰੱਖਾ ਫੋਤ ਹੋਇਆ ਉਸ ਤੋਂ ਬਾਅਦ ਮੈਂ ਦੂਸਰੇ ਦਿਨ ਦਫਨਾ ਕੇ ਉਹਦੇ ਗਈ ਉਹਨਾਂ ਕੋਲ, ਅਤੇ ਉਹਨਾਂ ਨੇ ਕਿਹਾ ਜੀ ਅਸੀਂ ਹਲੇ ਸਮਾਨ ਨਹੀਂ ਤੁਹਾਨੂੰ ਚੁੱਕਣ ਦੇਣਾ। ਮੈਂ ਕਿਹਾ ਕਿਉਂ? ਕਿਰਾਇਆ ਦੇਣਾ ਤੁਸੀਂ? ਨਹੀਂ ਜੀ, ਨਾ ਮੈਂ 1 ਰੁਪਿਆ ਨਹੀਂ ਉਹਨਾਂ ਦਾ ਦੇਣਾ, ਬਲਕਿ ਮੈਂ ਉਹਨਾਂ ਕੋਲੋਂ ਲੈਣੇ ਹੀ ਨੇ। ਲੈਣੇ ਨੇ, ਠੀਕ ਹੈ। ਮਤਲਬ ਐਡਵਾਂਸ ਤੁਹਾਡਾ ਮੌਜੂਦ ਹੈ? ਐਡਵਾਂਸ 10,000 ਰੁਪਿਆ ਐਡਵਾਂਸ ਕਰਾਇਆ ਮੌਜੂਦ, ਉਹ ਤੁਸੀਂ ਜਦੋਂ ਪੈਸੇ ਦਿੱਤੇ ਸੀ ਜੀ, ਅਤੇ ਫਿਰ ਮੈਂ ਉਦੋਂ 10,000 ਐਡਵਾਂਸ ਦਿੱਤਾ ਸੀ। ਮੈਂ ਕਿਹਾ ਕਿਸੇ ਵਕਤ ਕਾਰੋਬਾਰ 'ਚ ਉਚਾਈ ਤਰਾਈ ਹੁੰਦੀ ਰਹਿੰਦੀ, ਚਲੋ ਨਹੀਂ ਹੋਣਗੇ, ਚਲੋ ਕਿਰਾਇਆ ਤਾਂ ਮੇਰਾ ਗਿਆ ਨਾ। ਠੀਕ ਹੈ, ਹਾਂਜੀ। ਨਹੀਂ, ਲੇਕਿਨ ਸਮਾਨ ਕਿਉਂ ਨਹੀਂ ਚੁੱਕਣ ਦਿੱਤਾ? ਸਮਾਨ ਹੁਣ ਮੈਨੂੰ ਪਤਾ ਨਹੀਂ ਕੀ ਫਿਲਮ 'ਚ ਲਾਈ ਜਾ ਰਹੇ ਨੇ, ਕਦੇ ਕਹਿੰਦੇ ਨੇ ਸਟੇ ਲੈ ਕੇ ਆਵਾਂਗੇ, ਅਤੇ ਅਸੀਂ ਫਿਰ ਸਮਾਨ ਤੁਹਾਨੂੰ ਦਿਆਂਗੇ, ਅਸੀਂ ਇਸ ਤਰ੍ਹਾਂ ਨਹੀਂ ਤਾਲਾ ਨਹੀਂ ਤੋੜ ਸਕਦੇ। ਇਹ ਕਦੀ ਉਹ ਕਹਿ ਦਿੰਦੇ ਨੇ, ਹੁਣ ਉਹਨਾਂ ਨੇ ਕਿਹਾ ਕਿ ਜੀ ਕੱਲ੍ਹ ਦਾ ਦਿਨ ਦਿਓ, 1-2 ਦਿਨ ਸਾਨੂੰ ਦਿਓ, ਇਹ ਪ੍ਰੋਪਰਟੀ ਜਿਹੜੀ ਹੈ ਦਾਦੇ ਪੜਦਾਦਿਆਂ ਦੀ ਹੈ, ਇਹਦੇ ਕਈ ਵਾਰਸ ਨੇ, ਅਤੇ ਪ੍ਰੋਪਰਟੀ ਜਿਹੜੀ ਉਹ 100 ਸਾਲ ਪੁਰਾਣੀ ਹੈ, ਬਿਲਡਿੰਗ ਬਣੀ ਜਿਹੜੀ ਹੈ, ਅਤੇ ਤੁਹਾਨੂੰ ਪਤਾ ਪੁਰਾਣੇ ਵਕਤ ਦੀਆਂ ਜਿਹੜੀਆਂ ਬਿਲਡਿੰਗਾਂ ਹੋਈਆਂ ਚੂਨਾ ਅਤੇ ਮਿੱਟੀ ਨਾਲ ਹੀ ਹੁੰਦੀਆਂ ਨੇ,
ਉਹ ਸਿਮਟ ਰਹੇ ਕਦੋਂ ਹੀ ਗਏ ਸਨ। ਉਹ ਬਾਰਿਸ਼ਾਂ ਪੈ ਪੈ ਕੇ ਉਹ ਮਿੱਟੀ 'ਚ ਮਿੱਟੀ ਹੋ ਗਈ। ਨਾਜ਼ਰੀਨ, ਸਾਡੇ ਇੱਥੇ ਇੱਕ ਪੰਜਾਬੀ 'ਚ ਮਿਸਾਲ ਹੈ ਕਿ ਔਰਤ ਤਾਂ ਬਹਿੰਦੀ ਹੈ ਲੇਕਿਨ ਉਹਨੂੰ ਲੋਕ ਬਹਿਣ ਨਹੀਂ ਦਿੰਦੇ। ਸਾਦੀਆ ਸ਼ੇਖ ਇੱਕ ਰੋਲ ਮਾਡਲ ਹੈ, ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਅਸੀਂ ਪਾ ਸਮੁੰਦਰ 'ਚ ਜਾਈਏ ਅਤੇ ਵੀਡੀਓ ਮੇਰੇ ਚੈਨਲ 'ਤੇ ਸਾਦੀਆ ਦੀਆਂ ਆਲਰੇਡੀ ਮੌਜੂਦ ਨੇ। ਅਲਹਮਦੁਲਿਲਾ ਅਸੀਂ ਨਾਲ ਲੱਗ ਕੇ ਸਾਦੀਆ ਨੇ ਕੰਮ ਸ਼ੁਰੂ ਕੀਤਾ, ਅਸੀਂ ਉਹਦੇ 'ਚ ਭਰਪੂਰ ਸਾਥ ਦਿੱਤਾ। ਜਿਸ ਦਿਨ ਮੈਂ ਸਾਦੀਆ ਕੋਲ ਪਹਿਲੇ ਦਿਨ ਆਇਆ ਸਾਂ ਅਤੇ ਉਸ ਦਿਨ ਮੈਂ ਸਾਦੀਆ ਦੇ ਆਂਸੂ ਡਿੱਗ ਪਏ ਸਨ। ਇਹਨੇ ਕਿਹਾ ਕਿ ਮੈਨੂੰ ਕਿਸੇ ਨੇ ਇੱਕ ਕੁਰਸੀ ਨਹੀਂ ਲੈ ਕੇ ਦਿੱਤੀ। ਅਲਹਮਦੁਲਿਲਾ ਉਸ ਤੋਂ ਬਾਅਦ ਜੋ ਸਾਦੀਆ ਦੀ ਡਿਮਾਂਡ ਸੀ ਉਹਦੇ ਮੁਤਾਬਕ ਅਲਹਮਦੁਲਿਲਾ ਸਾਰੀਆਂ ਚੀਜ਼ਾਂ ਅਸੀਂ ਪ੍ਰੋਵਾਈਡ ਕੀਤੀਆਂ। ਔਰ ਕਿਰਾਇਆ ਜਿਹੜਾ ਇਸ ਸ਼ੋਪ ਵਾਲਿਆਂ ਨੂੰ ਮੈਂ 3 ਮਹੀਨੇ ਦਾ ਐਡਵਾਂਸ ਕਰਾਇਆ, 3 ਮਹੀਨੇ ਘਰ ਦਾ ਕਿਰਾਇਆ। ਲੇਕਿਨ ਮੈਂ ਹੈਰਾਨ ਹੁੰਦਾ ਕਿ ਸਾਡੇ ਮੁਆਸ਼ਰੇ 'ਚ ਮਤਲਬ ਅੱਜ ਉਹ ਇਕੱਲੀ ਔਰਤ ਦੇਖ ਕੇ ਅਤੇ ਪੈਸੇ ਹੱਥੋਂ ਲੈਣੇ ਨੇ, ਲੇਕਿਨ ਉਹਦਾ ਸਮਾਨ ਜਿਹੜਾ ਉਹ ਨਹੀਂ ਚੁੱਕਣ ਦਿੱਤਾ। ਉਹਨੇ ਵਿਚਾਰੀ ਨੇ ਪਰੇਸ਼ਾਨ ਹੋ ਕੇ ਨਾ ਮਾਂ ਨਾ ਬਾਪ ਨਾ ਭੈਣ ਨਾ ਭਰਾ ਨਾ ਕੋਈ ਅੱਗੇ ਨਾ ਪਿੱਛੇ, ਅਤੇ ਇਕੱਲੀ ਔਰਤ ਇਸ ਮੁਆਸ਼ਰੇ 'ਚ ਰਹਿਣਾ ਬੜਾ ਵੱਡਾ ਅਲਮੀ ਹੈ, ਬੜਾ ਵੱਡਾ ਮਸਲਾ ਹੈ। ਉਹ ਇਕੱਲਾ ਵੀ ਵਿਚਾਰਾ ਰਹਿਣਾ ਚਾਹੁੰਦਾ ਹੈ। ਭਾਈ ਹੈ ਮੇਰਾ, ਉਹ ਵੀ ਮਜ਼ਦੂਰ, ਮਤਲਬ ਗੱਲ ਹੈ ਕਿ ਮਜ਼ਦੂਰ ਹੈ, ਗੱਲ ਤੇ ਆਵੇ ਨਾ ਜੀ। ਹਾਂਜੀ, ਅੱਲਾ ਉਹਨੂੰ ਜ਼ਿੰਦਗੀ ਦੇਵੇ, ਉਹ ਵੀ ਵਿਚਾਰਾ ਆਪਣੇ ਬੱਚਿਆਂ ਦਾ ਪੇਟ ਪੂਟ ਪਾਲਦਾ। ਤੇ ਉਹ ਸਮਾਨ ਜਿਹੜਾ ਮਤਲਬ ਉਹ ਨਹੀਂ, ਖੈਰ ਉਹ ਸਾਨੂੰ ਰਾਤੀ ਸਾਡੇ ਬਹੁਤ ਅੱਛੇ ਦੋਸਤ ਨੇ ਅਤੇ ਕੈਸਰ ਸਨਾਉਲਾ ਸਾਹਿਬ, ਉਹਨਾਂ ਨੇ ਮਤਲਬ ਆਰਟਿਸਟ ਐਸੋਸੀਏਸ਼ਨ ਔਰ ਪ੍ਰੋਡਿਊਸਰ ਐਸੋਸੀਏਸ਼ਨ ਦੇ ਚੇਅਰਮੈਨ ਨੇ, ਔਰ ਉਹਨਾਂ ਨੇ ਰਾਤੀ ਜਿਹੜੀ ਹੈ ਉਹ ਕਾਲ ਜਿਹੜੀ ਉਹ ਚਲਾਈ। ਖੈਰ ਉਹ ਰਾਤੀ ਉਹਨਾਂ ਨੇ ਨੰਬਰ ਹੀ ਉਹਨਾਂ ਕੋਲ ਮਿਸਟੇਕ ਹੋ ਗਿਆ, ਅਤੇ ਸੋ ਇਹ ਕਿ ਇਸ ਤੋਂ ਮੇਰਾ ਸੁਬਹ ਰਾਬਤਾ ਹੋਇਆ ਇੱਕ ਬੱਚੇ, ਅਤੇ ਸਾਦੀਆ ਦਾ ਨੰਬਰ ਮੇਰੇ ਕੋਲੋਂ ਵੀ ਮਿਸਪਲੇਸ ਸੀ। ਸੋ ਹੈ ਕਿ ਅਸੀਂ ਲਾਹੌਰ ਮੈਂ ਇਹਨਾਂ ਕੋਲ ਪਹੁੰਚ ਗਏ 4 ਵਜੇ। ਅਸੀਂ ਫਿਰ ਉਸ ਤੋਂ ਬਾਅਦ ਥਾਣੇ ਗਏ, ਥਾਣੇ ਜਾ ਕੇ ਚੁੱਕੇ, ਉਹਨਾਂ ਦੇ ਨੋਟਿਸ 'ਚ ਗੱਲ ਦੇਣੀ ਜ਼ਰੂਰੀ ਹੈ ਤਾਂ ਕਿ ਉਹ ਸਾਡੇ ਜਿਹੜੇ ਅਦਾਰੇ ਨੇ ਉਹਨਾਂ ਨੂੰ ਪਤਾ ਹੋਏ ਕਿ ਅਸੀਂ ਕੀ ਕਰ ਰਹੇ ਹਾਂ। ਸੋ ਫਿਰ ਉਸ ਤੋਂ ਬਾਅਦ ਅਸੀਂ ਉਹਨਾਂ ਕੋਲ ਆਏ ਹਾਂ। ਹੁਣ ਉਹਨਾਂ ਨੇ ਕੱਲ੍ਹ ਸ਼ਾਮ ਦਾ ਸਾਡੇ ਨਾਲ ਪ੍ਰੋਮਿਸ ਕੀਤਾ, ਹੁਣ ਕੱਲ੍ਹ ਸ਼ਾਮ ਨੂੰ ਸਮਾਨ ਦਿੰਦੇ ਨੇ ਜਾਂ ਨਹੀਂ ਦਿੰਦੇ, ਫਿਰ ਇਹਦੇ ਹਵਾਲੇ ਨਾਲ ਅੱਗੋਂ ਹੁਣ ਸਾਦੀਆ ਕੀ ਕਰੇਗੀ, ਕੀ ਕੰਮ ਕਰੇਗੀ, ਕਿਸ ਤਰ੍ਹਾਂ ਸਰਵਾਈਵ ਕਰੇਗੀ, ਕਿਸ ਤਰ੍ਹਾਂ ਖਲੋਏਗੀ, ਇਹ ਬਾਅਦ ਦੀ ਗੱਲ ਹੈ। ਲੇਕਿਨ ਅਸੀਂ ਅਲਹਮਦੁਲਿਲਾ ਖਿਦਮਤ ਇਨਸਾਨੀਅਤ ਦੇ ਪਲੇਟਫਾਰਮ ਤੋਂ ਅਸੀਂ ਸਾਦੀਆ ਦੇ ਨਾਲ ਹਾਂ, ਔਰ ਇਨਸ਼ਾਅੱਲਾ ਅੱਲਾ ਨੇ ਚਾਹਿਆ ਅਤੇ ਅੱਗੇ ਅਗਰ ਸਰਵਾਈਵ ਕਰ ਗਈ ਸੀ ਕੋਈ ਗੱਲ ਨਹੀਂ, ਤੂਫਾਨ ਆਉਂਦੇ ਨੇ ਆਪਣੇ ਨਿਸ਼ਾਨ ਛੱਡ ਜਾਂਦੇ ਨੇ, ਲੇਕਿਨ ਜ਼ਿੰਦਗੀ ਫਿਰ ਰਵਾਂ ਦਵਾਂ ਹੋ ਜਾਂਦੀ ਹੈ। ਸਭ ਤੋਂ ਜਾਣ ਵਾਲੇ ਨਹੀਂ ਆਉਂਦੇ ਨਾ, ਜ਼ਿੰਦਗੀ ਤਾਂ ਚੱਲ ਜਾਏਗੀ ਲੇਕਿਨ ਜਾਣ ਵਾਲੇ ਨਹੀਂ ਆਉਂਦੇ। ਜਾਣ ਵਾਲੇ ਤਾਂ ਸਾਦੀਆ ਵੇਖਣਾ, ਤੇਰੀ ਵਾਲਦਾ ਚਲੇ ਗਏ ਨੇ, ਬੜੇ ਅੱਛੇ ਸਾਡੇ ਉਹ ਆਂਟੀ ਸਨ, ਸਾਡੀ ਮੁਲਾਕਾਤ ਹੁੰਦੀ ਸੀ, ਸਾਡੇ ਨਾਲ ਪਿਆਰ ਸ਼ਫਕਤ, ਔਰ ਉਹਨਾਂ ਨੇ ਵੀ ਆਪਣੀ ਜ਼ਿੰਦਗੀ 'ਚ ਬਹੁਤ ਸਾਰੇ ਦੁੱਖ ਔਰ ਪ੍ਰੋਬਲਮ ਔਰ ਮਸਾਇਲ ਦੇਖੇ। ਉਹ ਵੀ ਚਲੇ ਗਏ ਨੇ, ਉਹਨਾਂ ਨੂੰ ਲਿਆ ਤਾਂ ਕੋਈ ਨਹੀਂ ਸਕਦਾ, ਨਾ ਉਹਨਾਂ ਦੀ ਕੋਈ ਕਮੀ ਜਿਹੜੀ ਹੈ ਉਹ ਤੇਰੀ ਜ਼ਿੰਦਗੀ 'ਚ ਕੋਈ ਬੰਦਾ ਪੂਰੀ ਕਰ ਸਕਦਾ। ਅਤੇ ਲੇਕਿਨ ਇੱਕ ਅੱਲਾ ਕੋਈ ਨਾ ਕੋਈ ਲਫ਼ਜ਼ ਇਲਾ ਕਰ ਹੀ ਦਿੰਦਾ ਨਾ ਕਿ ਚਲੋ ਬੱਕਾ ਚੱਲ ਰਿਹਾ ਸੀ, ਖਿਡੌਣਾ ਅੱਲਾ ਨੇ ਦਿੱਤਾ ਸੀ, ਰੱਖਾ ਤੁਸੀਂ ਜਾਣਦੇ ਹੋ, ਠੱਠਾ ਮੱਥਾ ਹੈਗਾ ਸੀ ਵਿਚਾਰਾ। ਉਹਦੀਆਂ ਗੱਲਾਂ ਦੀ ਅਸੀਂ ਸਾਰੇ ਮਜ਼ਾਕ ਉਡਾਉਂਦੇ ਰਹਿਣਾ, ਬੈਠੇ ਹੱਸਦੇ ਰਹਿਣਾ, ਗੱਲਾਂ ਬਾਤਾਂ ਮਜ਼ਾਕ। ਜਿਹੜੇ ਵੀ ਮੇਰੇ ਕਸਟਮਰ ਆਉਂਦੇ ਸਨ ਰਾਤ ਨੂੰ, ਫਿਰ ਸਾਰੇ ਆ ਜਾਂਦੇ ਸਨ, ਆਪਣਾ ਆਸਫ ਖਾਨ ਸਾਹਿਬ ਦੇ ਕਵਾਲ ਜਿਹੜੇ ਨੇ ਉਹਨਾਂ ਦੇ ਭਾਈ ਸਾਰੇ ਆਉਂਦੇ ਸਨ ਮੇਰੇ ਕੋਲ। ਜਦੋਂ ਮੈਂ ਚਾਹ ਲਾ ਲਈ ਨਾ ਤਾਂ ਫਿਰ ਸਾਰੇ ਮਾਸ਼ਾਅੱਲਾ ਕਵਾਲ ਕੁਵਾਲ ਇਕੱਠੇ ਹੋਣ ਲਿਆਉਂਦੇ ਸਨ ਮੇਰੇ ਕੋਲ ਰਾਤ ਨੂੰ ਆ ਕੇ ਨਾ, ਕਵਾਲੀ ਕਰਕੇ ਆਉਣਾ ਇਹਨਾਂ ਨੇ ਸਾਰਿਆਂ ਨੇ ਮੇਰੇ ਕੋਲ ਆ ਜਾਣਾ, ਬਹਿ ਕੇ ਚਾਵਾਂ ਚੂਵਾਂ ਪੀਣੀਆਂ। ਉਹ ਮੈਨੂੰ ਸੇਲ ਕਰਾ ਜਾਂਦੇ ਹੁੰਦੇ ਸਨ, ਉਂਝ ਦੇਣ ਦੀ ਬਜਾਏ ਨਾ ਉਹ ਮੈਨੂੰ ਉਂਝ ਸੇਲ ਕਰਾ ਜਾਂਦੇ ਹੁੰਦੇ ਸਨ ਕਿ ਨਹੀਂ ਮੇਰਾ ਤੁਹਾਨੂੰ ਪਤਾ ਆਦਤ ਨਹੀਂ ਹੈਗੀ, ਅਤੇ ਉਹਨਾਂ ਨੇ ਸੇਲ ਕਰਾ ਦੇਣੀ 200-400 ਰੁਪਏ ਦੀ ਚਾਵਾਂ ਪੀ ਜਾਣੀਆਂ। ਫਿਰ ਇਸ ਤਰ੍ਹਾਂ ਪੀਆ ਜੀ ਹੈਗੇ ਨੇ ਇੱਕ ਕਵਾਲ ਨੇ, ਤੁਸੀਂ ਵੀ ਜਾਣਦੇ ਹੋਗੇ, ਬਚਪਨ ਦੇ ਖਾਨਦਾਨੀ ਕਵਾਲ ਨੇ, ਉਹ ਵੀ ਉਹ ਆਪਣੇ ਯਾਰਾਂ ਦੋਸਤਾਂ ਨੂੰ ਲੈ ਆਉਂਦੇ ਹੁੰਦੇ ਸੀ, ਉਹ ਵੀ ਕੋਈ ਚਾਵਾਂ ਚੂਵਾਂ ਪੀ ਕੇ ਅਤੇ ਕੋਈ 400-500 ਦੀ ਉਹਨਾਂ ਨੇ ਡੇਲੀ ਦੀ ਸੇਲ ਕਰਾ ਦੇਣੀ। ਇਸ ਤਰ੍ਹਾਂ ਸਿਲਸਿਲਾ ਅੱਲਾ ਨੇ ਰੇੜਨਾ ਸ਼ੁਰੂ ਕੀਤਾ ਹੀ ਕੀਤਾ ਸੀ, ਅਤੇ ਮੁਸੀਬਤ ਪੈ ਗਈ। ਅੱਛਾ, ਅੱਲਾ ਤਾਲਾ ਆਸਾਨੀਆਂ ਫਰਮਾਏਗਾ, ਔਰ ਅੱਲਾ ਤਾਲਾ ਇਸ ਮੁਸ਼ਕਿਲ ਦੇ ਵਿੱਚੋਂ ਤੈਨੂੰ ਕੱਢੇ ਔਰ ਸਬਰ ਦੇ, ਔਰ ਵਾਕਿਆ ਹੀ ਰੱਖੇ ਨੇ ਬਹੁਤ ਸਾਰੀਆਂ ਜ਼ਿੰਮੇਦਾਰੀਆਂ ਲਈਆਂ ਹੋਈਆਂ ਸਨ, ਅਤੇ
अल्लाह ताला रखा साहब ने जोड़ा वो अपनी जुआरे रहमत जगह अच्छा कितने दिनों तो ना कहन लग गया सी मैं माई से आया मैं माई से आया वो तो आवाज़ ही इंज थी सी ना बोल रही इंज सी पता नहीं उन्होंने अल्लाह नू नज़र आ रहा सी कि मैं मेरा दाना पानी मुक गया अच्छा जजाक अल्लाह ते खैर असी अगे भी ऑन कैमरा तेरे कदम ब कदम असी नाल सा और अज तक नाल हाँ और अल्हम्दुलिल्लाह सब तो पहले मैं पहुंचा तुहाडे कोल जजाक अल्लाह ते नेक्स्ट टाइम इंशाल्लाह मैं नाल हाँ नाज़रीन मैं दस्ता चला कि हुण असी रात दे 8 बज गए वीडियो कर रहे हैं लेकिन 4 बजे आके पहला जिन्ने मसले मसाइल सन मैं साजिया नाल गया पहला उन्होंने देखे तो फिर असी वीडियो लाए हाँ साडा मकसद वीडियो तो सो है ही है लेकिन उस तो पहले साडा जिहड़ा टारगेट हुंदा है या मिशन हुंदा है कि किसी का मसला जिहड़ा वह हल हो सके सो है कि साडिया जिहड़ा प्रॉब्लम जी हल ना होया तो कल असी फिर आ जाएंगे कोई नहीं इंशाल्लाह मेरे को वीडियो भी मैं बनाई है मैनू इन्हां ने दुकान खोलन नहीं दित्ती सी तो मैं बड़ी लै लिया मारा कलीक वो उन्होंने ना मैं ना घर चलो पिया जी का ही कॉल आ रही है तो उन्होंने पिया जी ने कहा कि जाओ आप लोग ना देखो नाश्ते वाला आने वाला बाहर ना 4 बजे आता है तो मैं घर चलो आओ चले हम 2-3 बंदे थे हम गए हैं हम सामने दूध वाले दुकान पर बैठे हुए से उत्थे देखा तो नाश्ते वाले दे भांडे उन्होंने कढ़ के दिते ने चाबी ताला खोलिया चाबी भांडे कढ़ के दिते ने ते मैं जो दो मंगनी है ते मन्नू ना ने कहता के ऐसी नहीं खोल सकते दुकान सील हुई है हाँ जी नाज़रीन हूँ मैं उन्होंने मिल के आया मालका ना मेरी गल हुई है उम्मीद है कि वो कल समान दे देंगे अगर उन्होंने ना दिता समान तो भाजी है वो जो रह के गया ना पता नहीं वो बचिया भी कल सम खुले दुकान पर पता लगेगा ना कि बचिया थे कि नहीं अच्छा कोई खुडी जी तो है ਉਹਦੇ ਚ ਤੁਨ ਤੁਨ ਕੇ ਤੇ ਚੀਜ਼ਾਂ ਰੱਖੀਆਂ ਦੀਆਂ ਸੀ ਚਲੋ ਜੋ ਹੋਇਆ ਠੀਕ ਹੈ ਇਨਸ਼ਾਅੱਲਾ ਕੱਲ ਨੂੰ ਉਹਨੇ ਦੇਖਾਂਗੇ ਕਰਨਾ ਕੀ ਹੈ ਠੀਕ ਹੈ ਉਹਦੇ ਮੁਤਾਬਕ ਫਿਰ ਅਸੀਂ ਵੀ ਚੱਲ ਪਾਵਾਂਗੇ ਇਨਸ਼ਾਅੱਲਾ ਅੱਲਾਹ ਖੈਰ ਕਰੇ ਤੁਹਾਡੀ ਅੱਲਾਹ ਤੁਹਾਨੂੰ ਜ਼ਿੰਦਗੀ ਤੰਦਰੁਸਤੀ ਦੇ ਔਰ ਮੇਰੇ ਸਾਰੇ ਭੈਣ ਭਰਾ ਜੋ ਨਾਜ਼ਰੀਨ ਦੋਸਤ ਅਹਿਬਾਬ ਸਾਰੇ ਜਿਹੜੇ ਦੇਖ ਰਹੇ ਨੇ ਅੱਲਾਹ ਉਹਨਾਂ ਨੂੰ ਵੀ ਜ਼ਿੰਦਗੀ ਤੰਦਰੁਸਤੀ ਦੇ ਮੇਰੀਆਂ ਦੁਆਵਾਂ ਸਾਰਿਆਂ ਦੇ ਨਾਲ ਹੈ और अल्लाह सेहल साहब नू भी जिंदगी तंदुरुस्ती दे कैसे सुना अल्लाह साहब नू भी जिन्हें भी मेरे नाल ने खलोते अल्लाह इन्हां नू सब नू अपने हिफ्ज़ो अमान च रखे बुरे वक्त तो बचा के रखे और हसदा वसदा रखे नाज़रीन दे नाल ही अज दी स्टोरी तुहाडे सामने तुसी कमेंट सैक्शन जिहड़ा है उहदे च अपने कमेंट्स जिहड़े ने जरूर करना और दसना कि की होना चाहिए या इस तरह क्यों है सानू तुहाडी राय दा इंतजार रहेगा इंशाल्लाह फिर तुहाडी खिदमत च हाज़र होवांगा किसी नवें वीडियो नाल उदों तक इजाज़त दिओ पाकिस्तान जिंदाबाद